ਵਾਹਿਗੁਰੂ ਜੀ, ਗੁਰੂ ਪਾਤਸ਼ਾਹ ਨੇ ਨਾ ਬਖਸ਼ਿਸ਼ ਕੀਤੀ ਆ ਪੁੱਤਰ ਤੇ, ਫਤਿਹ ਸਿੰਘ ਤੇ, ਤੇ 15 ਸਾਲ ਦੀ ਉਹਦੀ ਏਜ ਆ। ਤੇ ਉਹ ਰਾਤ ਸਾਨੂੰ ਕੱਲ ਰਾਤ ਦੱਸ ਰਿਹਾ ਸੀਗਾ ਵਾਹਿਗੁਰੂ ਜੀ, ਗੁਰੂ ਪਾਤਸ਼ਾਹ ਬਹੁਤ ਉੱਚਾ ਲੈ ਗਏ ਸੀਗੇ ਜਿੱਥੇ ਮੈਨੂੰ ਲੈ ਕੇ ਗਏ। ਕਹਿੰਦੇ ਉੱਥੇ ਇੱਕ ਬਾਬਾ ਜੀ ਬਾਹਰ ਸੀਗੇ ਕੁਰਸੀ ਤੇ ਬੈਠੇ ਸੀਗੇ, ਤੇ ਕਹਿੰਦੇ ਉੱਥੇ ਬਹੁਤ ਵੱਡਾ ਨਾ ਗੋਲਡ ਦਾ ਹੀ ਦਰਵਾਜ਼ਾ ਸੀਗਾ, ਬਹੁਤ ਵੱਡਾ। ਕਹਿੰਦਾ ਜਦੋਂ ਮੈਂ ਉੱਥੇ ਗਿਆ ਤੇ ਉਹਨਾਂ ਦਰਵਾਜ਼ਾ ਖੁੱਲ ਗਿਆ, ਕਹਿੰਦਾ ਜਦੋਂ ਮੈਂ ਅੰਦਰ ਵੜਿਆ ਤੇ ਉਹ ਬਹੁਤ ਹੀ ਵੱਡਾ ਸੀਗਾ ਤੇ ਮਹਿਲ ਸੀਗਾ ਗੋਲਡ ਦਾ ਬਹੁਤ ਵੱਡਾ, ਤੇ ਉੱਥੇ ਬਹੁਤ ਜ਼ਿਆਦਾ ਹੀ ਸੰਗਤ ਬੈਠੀ ਸੀਗੀ, ਤੇ ਉਹ ਸਾਰੀ ਸੰਗਤ ਨਾ ਵਾਈਟ ਸੀਗੀ, ਜਿੱਦਾਂ ਸਾਰੇ ਉੱਥੇ ਨਾਮ ਜਪਦੀ ਸੀਗੀ ਤੇ ਉਹ ਸਾਰੇ ਵਾਈਟ ਸੀਗੇ, ਜਿੱਦਾਂ ਉਹਨਾਂ ਦੇ ਚਿਹਰੇ ਵੀ ਸਾਰਾ ਕੁਛ। ਤੇ ਜਿਹੜੇ ਉੱਥੇ ਬਾਬਾ ਜੀ ਸੀ ਕਹਿੰਦੇ ਉਹਨਾਂ ਦਾ ਵੀ ਜਿਹੜਾ ਫੇਸ ਸੀ ਨਾ ਤੇ ਉਹ ਵੀ ਇੰਨਾ ਚਮਕ ਰਿਹਾ ਸੀ ਜਿਵੇਂ ਸੂਰਜ ਤੋਂ ਵੀ ਜ਼ਿਆਦਾ, ਤੇ ਉਹਨਾਂ ਵੱਲ ਦੇਖਿਆ ਨਹੀਂ ਸੀ ਜਾ ਰਿਹਾ। ਤੇ ਕਹਿੰਦਾ ਫਿਰ ਮੈਂ ਮੱਥਾ ਟੇਕਣਾ ਸੀਗਾ ਤੇ ਉਹ ਬਾਬਾ ਜੀ ਦਾ ਥੋੜ੍ਹਾ ਅੱਗੇ ਸੀਗਾ ਪ੍ਰਕਾਸ਼ ਗੁਰੂ ਸਾਹਿਬ ਦਾ ਦੂਰ ਥੋੜ੍ਹਾ, ਕਹਿੰਦਾ ਮੈਂ ਤੁਰਿਆ ਜਾਂਦਾ ਸੀਗਾ ਜਿੱਦਾਂ ਗੁਰੂ ਪਾਤਸ਼ਾਹ ਉੱਧਰ ਮੱਥਾ ਟੇਕਣ, ਲੇਕਿਨ ਉਹ ਨਾਮ ਹੀ ਜਪਦੇ ਸੀ ਹੋਰ ਕੁਛ ਨਹੀਂ ਸੀ, ਤੇ ਬਹੁਤ ਜ਼ਿਆਦਾ ਸੋਹਣਾ ਸੀਗਾ। ਕਹਿੰਦਾ ਜਦੋਂ ਮੈਂ ਜਾਂਦਾ ਪਿਆ ਸੀ ਮੈਂ ਵਿਚਾਲੇ ਗਿਆ ਤੇ ਮੇਰਾ ਅਲਾਰਮ ਵੱਜ ਗਿਆ ਸਕੂਲ ਜਾਣ ਦਾ। ਤੋਂ ਬਾਅਦ 1 ਵੀਕ ਹੋ ਗਿਆ ਜਿਵੇਂ ਮੇਰੇ ਤੇ ਬਾਬਾ ਜੀ ਦਾ ਕਨੈਕਸ਼ਨ ਮੇਰੇ ਨਾਲ ਕੰਟੀਨਿਊ ਜੁੜ ਗਿਆ। ਤੇ ਕਹਿੰਦਾ ਉਹ ਜਦੋਂ ਬਾਬਾ ਜੀ ਮੈਨੂੰ ਇੰਨਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ, ਉਹ ਮੈਨੂੰ ਦੱਸਦੇ ਆ ਕਿ 4 ਦਿਨ ਦੀ ਜ਼ਿੰਦਗੀ ਆ, ਇੱਥੇ ਨਹੀਂ ਰਹਿਣਾ ਕਿਸੇ ਨੇ ਵੀ। ਤੇ ਜਿੱਦਾਂ ਉਹ ਵੀ ਕੁਛ ਵੀ ਬਾਬਾ ਜੀ ਤੋਂ ਆਪਾਂ ਲੈ ਸਕਦੇ ਹਾਂ, ਪਰ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ ਮੰਮਾ, ਕਿ ਆ ਜਿਹੜੀਆਂ ਚੀਜ਼ਾਂ ਉੱਥੇ ਹੈਗੀਆਂ ਨੇ ਬਾਬਾ ਜੀ ਕੋਲ ਤਾਂ ਸਭ ਕੁਛ ਆ, ਕਿਉਂਕਿ ਆਪਾਂ ਕਿਹੜਾ ਇੱਥੇ ਰਹਿਣਾ, ਇਹ ਸਰੀਰ ਵੀ ਜਿਹੜਾ ਇਹ ਵੀ ਇੱਥੇ ਰਹਿ ਜਾਣਾ, ਸਿਰਫ ਆਪਣੀ ਆਤਮਾ ਜਾਣੀ ਆ ਬਾਬਾ ਜੀ ਦੇ ਕੋਲ, ਅਤੇ ਉੱਪਰ ਜਾ ਕੇ ਆਤਮਾ ਨੇ ਬਾਬਾ ਜੀ ਕੋਲ ਜਾਣਾ ਵਾ। ਅਤੇ ਬਾਬਾ ਜੀ ਨੇ ਕਿਹਾ ਵਾ ਵੀ ਜੇ ਕਿਸੇ ਤੁਹਾਡੇ ਤੋਂ ਗਲਤੀ ਹੋ ਜੇ ਤਾਂ ਤੁਸੀਂ ਸੌਰੀ ਮੰਗ ਲੈਣੀ ਆ, ਅਤੇ ਜਦੋਂ ਆਪਾਂ ਸੌਰੀ ਮੰਗਦੇ ਹਾਂ ਤਾਂ ਉਹ ਬਾਬਾ ਜੀ ਨਾ ਉਹਦੇ ਮਾਫ਼ ਕਰ ਦਿੰਦੇ, ਫਿਰ ਬਾਬਾ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਅਤੇ ਬਾਬਾ ਜੀ ਕਹਿੰਦੇ ਮੈਨੂੰ ਹਰ ਗੱਲ ਸਮਝਾਉਂਦੇ ਆ, ਜਦੋਂ ਵੀ ਮੈਂ ਕੋਈ ਗੱਲ ਕਰਦਾ ਬਾਬਾ ਜੀ ਨਾਲ, ਮੇਰੇ ਨਾਲ ਗੱਲਾਂ ਕਰਦੇ ਆ ਸਾਰਾ ਦਿਨ ਬਾਬਾ ਜੀ, ਕੋਈ ਵੀ ਗੱਲ ਹੋਵੇ ਮੈਂ ਇਹਨੂੰ ਪੁੱਛਦਾ। ਅਤੇ ਫਿਰ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਪੁੱਤ ਬਾਬਾ ਜੀ ਕਿੰਨਾ ਕੁ ਪਿਆਰ ਕਰਦੇ ਆ, ਮੈਂ ਇਹਨੂੰ ਉੱਦਾਂ ਹੀ ਦੇਖ ਰਹੀ ਸੀਗਾ ਕਿ ਛੋਟਾ ਹੋਣ ਕਰਕੇ, ਮੈਂ ਕਿਹਾ ਵੀ ਜਿੱਦਾਂ ਮੰਮਾ ਕਰਦੀ ਹੈ। ਕਹਿੰਦਾ ਮੰਮਾ ਬਾਬਾ ਜੀ ਦਾ ਪਿਆਰ ਕਦੇ ਐਕਸਪਲੇਨ ਨਹੀਂ ਕਰ ਸਕਦੇ ਆਪਾਂ, ਤੁਹਾਡਾ ਤਾਂ ਪਿਆਰ ਕੁਛ ਵੀ ਨਹੀਂ ਜਿੱਦਾਂ ਬਾਬਾ ਜੀ ਦਾ, ਤਾਂ ਪਿਆਰ ਬਹੁਤ ਜ਼ਿਆਦਾ ਆ ਅਤੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ, ਇੰਨਾ ਪਿਆਰ ਕਰਦੇ ਆ। ਕਹਿੰਦਾ ਮੈਂ ਕਦੇ ਉਹਨੂੰ ਉਹ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨਾ ਪਿਆਰ ਕਰਦੇ ਆ ਜੀ, ਇੰਨੇ ਪਿਆਰੇ ਨੇ ਸਾ। ਉਹ ਫਿਰ ਕਹਿੰਦੇ ਬਾਬਾ ਜੀ ਮੈਨੂੰ ਕਹਿੰਦੇ ਆ ਵੀ ਜਿੱਥੇ ਵੀ ਮੈਨੂੰ ਯਾਦ ਕਰੋਗੇ, ਇਹ ਨਹੀਂ ਕਿ ਮੈਨੂੰ ਕਮਰੇ 'ਚ ਯਾਦ ਕਰੋਗੇ ਅਤੇ ਮੈਂ ਉੱਥੇ ਮਿਲਣਾ, ਜਿਸ ਜਗ੍ਹਾ 'ਤੇ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਹਰ ਜਗ੍ਹਾ 'ਤੇ ਹੁੰਦਾ ਅਤੇ ਮੈਂ ਉੱਥੇ ਹੀ ਤੁਹਾਨੂੰ ਮਿਲੂੰਗਾ, ਅਤੇ ਤੁਸੀਂ ਨਾ ਮੈਨੂੰ ਹਮੇਸ਼ਾ ਆਪਣੇ ਦਿਲ 'ਚ ਰੱਖਣਾ ਅਤੇ ਦਿਲ ਦੇ ਵਿੱਚ ਰੱਖਣਾ, ਅਤੇ ਬਹੁਤ ਪਿਆਰ ਕਰਦੇ ਆ ਬਾਬਾ ਜੀ, ਅਤੇ ਜੇ ਕੋਈ ਗਲਤੀ ਹੋਏ ਤਾਂ ਸੌਰੀ ਮੰਗਣੀ ਆ। ਰਾਜੀ ਕਹਿੰਦਾ ਇਹ ਬਸ ਮੈਨੂੰ ਸਾਰਾ ਦਿਨ ਸਮਝਾਉਂਦੇ ਆ, ਮੇਰੇ ਨਾਲ ਗੱਲਾਂ ਕਰਦੇ ਆ ਬਾਬਾ ਜੀ। ਅਤੇ ਅੱਜ ਵਾਹਿਗੁਰੂ ਜੀ ਉਹਦਾ ਟੈਸਟ ਸੀਗਾ ਅਤੇ ਉਹ ਘਰ ਆਇਆ, ਮੈਂ ਇਹਨੂੰ ਪੁੱਛਿਆ ਮੈਂ ਕਿਹਾ ਪੁੱਤ ਅੱਜ ਬਾਬਾ ਜੀ ਨਾਲ ਗੱਲ ਹੋਈ ਸੀਗੀ। ਕਹਿੰਦਾ ਮੰਮਾ ਵੀ ਹਰ ਰੋਜ਼ ਤੁਹਾਨੂੰ ਦੱਸਣਾ ਹੁੰਦਾ, ਜ਼ਰੂਰੀ ਹੁੰਦਾ ਕਿ ਜਿਹੜੀ ਬਾਬਾ ਜੀ ਮੇਰੇ ਨਾਲ ਗੱਲਾਂ ਕਰਦੇ? ਮੈਂ ਕਿਹਾ ਪੁੱਤ ਬਖਸ਼ਿਸ਼ ਹੁੰਦੀ ਆ, ਦੱਸਣੀ ਚਾਹੀਦੀ ਆ ਹੈ ਨਾ। ਫਿਰ ਕਹਿੰਦਾ ਹਾਂਜੀ ਅੱਜ ਇੱਦਾਂ ਹੋਇਆ, ਕਹਿੰਦਾ ਮੇਰਾ ਟੈਸਟ ਸੀਗਾ ਅਤੇ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੇਰਾ ਟੈਸਟ ਆ,
ਕਹਿੰਦਾ ਪਤਾ ਨਹੀਂ ਲੱਗਿਆ ਬਾਬਾ ਜੀ ਨੇ, ਕਹਿੰਦਾ ਮੇਰਾ ਮਿੰਟਾਂ 'ਚ ਸਾਰਾ ਟੈਸਟ ਕਰਵਾਤਾ ਅਤੇ ਬੜਾ ਖੁਸ਼ ਵਾਹਿਗੁਰੂ ਨੇ ਜਿਹੜਾ ਉਹਦੇ 'ਚ ਆਨੰਦ ਆ ਉਹ ਇੱਕ ਵੱਖਰਾ ਹੀ ਆਨੰਦ ਆ ਇੱਕ ਹਫ਼ਤੇ ਤੋਂ, ਜਿੱਦਾਂ ਕਿ ਹੈ ਨਾ ਤੂੰ ਆਪਣੀ ਮਸਤੀ ਦੇ ਵਿੱਚ ਜਿੱਦਾਂ ਕਿ ਬਹੁਤ ਸੋਹਣਾ ਜਦੋਂ ਦੱਸਦਾ ਨਾ ਵਾਹਿਗੁਰੂ ਜੀ, ਸਾਡੇ ਕੋਲ ਸ਼ਬਦ ਹੀ ਮੁੱਕ ਜਾਂਦੇ ਕਿ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਿਵੇਂ ਕਰੀਏ ਸ਼ੁਕਰਾਨਾ ਹਾ। ਰਾਤ ਜਦੋਂ ਸਾਨੂੰ ਬੇਟੇ ਨੇ ਦੱਸਿਆ ਅਤੇ ਵਾਹਿਗੁਰੂ ਸਾਨੂੰ ਸਾਰੀ ਰਾਤ ਨੀਂਦ ਹੀ ਨਹੀਂ ਆਈ, ਸਾਨੂੰ ਇੰਨਾ ਚਾਅ ਚੜ੍ਹ ਗਿਆ, ਇੰਨਾ ਚਾਅ ਚੜ੍ਹਿਆ ਕਿ ਗੁਰੂ ਪਾਤਸ਼ਾਹ ਸ਼ੁਕਰ ਹੈ ਵਾਹਿਗੁਰੂ ਤੁਹਾਡਾ ਬਹੁਤ ਸ਼ੁਕਰ। ਸੋਚਦੀ ਹੁੰਦੀ ਸੀ ਉਹਦੇ ਬਾਰੇ ਵਾਹਿਗੁਰੂ ਜੀ, ਮੈਂ ਕਹਿਣਾ 11ਵੀਂ ਕਲਾਸ 'ਚ ਹੋ ਗਿਆ, ਕੋਈ ਫਰੈਂਡ ਨਹੀਂ ਬਣਾਇਆ, ਇਹਦਾ ਕੋਈ ਫਰੈਂਡ ਨਹੀਂ, ਇਹ ਸਕੂਲ ਜਾਂਦਾ ਉੱਥੇ ਹਾਈ ਸਕੂਲ 'ਚ, ਹੁਣ ਚਲਾ ਗਿਆ ਵੀ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਅਤੇ ਛੁੱਟੀ ਦੇ ਟਾਈਮ ਵੀ ਬਸ ਉੱਥੇ ਇਕੱਲਾ ਹੀ ਬੈਠਦਾ। ਕਹਿੰਦੀਆਂ ਕਿ ਟੀਚਰਾਂ ਨੂੰ ਬਹੁਤ ਪਿਆਰ ਕਰਦੀ ਹਾਂ ਸਕੂਲ ਵਿੱਚ, ਜਿੱਦਾਂ ਮੈਂ ਜਾਂਦੀ ਅਤੇ ਉਹ ਕਹਿੰਦੀਆਂ ਬਹੁਤ ਪਿਆਰਾ ਬੱਚਾ ਆ, ਬਹੁਤ ਕਰਦਾ ਹੈ, ਇੱਦਾਂ ਸਾਰੀਆਂ ਟੀਚਰਾਂ ਨੂੰ ਬਹੁਤ ਪਿਆਰ ਕਰਦਾ, ਪਰ ਕਿਸੇ ਨਾਲ ਕੋਈ ਮਤਲਬ ਨਹੀਂ ਵਾਹਿਗੁਰੂ ਜੀ। ਸਾਨੂੰ ਨਹੀਂ ਸੀ ਪਤਾ ਕਿ ਬੱਚੇ ਦੇ ਅੰਦਰ ਤਾਂ ਕੁਛ ਹੋਰ ਹੀ ਚੱਲਦਾ, ਅਸੀਂ ਉਹਨੂੰ ਐਂ ਸੋਚਦੇ ਰਹਿੰਦੇ ਹੁੰਦੇ ਸੀਗੇ ਕਿ ਫਰੈਂਡ ਕਿਉਂ ਨਹੀਂ ਬਣਾਉਂਦਾ। ਅਤੇ ਹੁਣ ਜਿੱਦਾਂ ਦੀ ਬਾਬਾ ਜੀ ਨਾਲ ਉਹਦੀ ਗੱਲਬਾਤ ਹੋਣ ਲੱਗ ਗਈ, ਉੱਦਣ ਦਾ ਬਹੁਤ ਹੀ ਜ਼ਿਆਦਾ ਖੁਸ਼ ਹੈ ਵਾਹਿਗੁਰੂ, ਹੁਣ ਇੰਨਾ ਹੈਪੀ ਹੁੰਦਾ, ਇੰਨਾ ਖੁਸ਼। ਸਾਨੂੰ ਵੀ ਕਹਿੰਦਾ, ਕਹਿੰਦਾ ਕੁਛ ਨਹੀਂ ਨਾਲ ਜਾਣਾ ਮੰਮਾ, ਸਿਰਫ ਨਾਮ ਜਪੋ ਅਤੇ ਆਤਮਾ ਹੀ ਜਾਣੀਆਂ, ਉੱਪਰ ਕਿਸੇ ਚੀਜ਼ ਦੀ ਲੋੜ ਨਹੀਂ, ਕੁਛ ਨਹੀਂ ਮੰਗਣਾ, ਬਸ ਨਾਮ ਹੀ ਮੰਗਣਾ ਹਮੇਸ਼ਾ। ਜਿੱਦਾਂ ਜਦੋਂ ਗੱਲਾਂ ਕਰਦਾ ਨਾ ਉਦੋਂ ਰੋਮ ਰੋਮ ਖੜਾ ਹੋ ਜਾਂਦਾ, ਸੋਚੀਦਾ ਕਿ ਵਾਹਿਗੁਰੂ ਤੁਸੀਂ ਇੰਨਾ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ, ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਹੈ ਵਾਹਿਗੁਰੂ, ਰੋਮ ਰੋਮ ਸ਼ੁਕਰਾਨਾ ਕਿ ਅੱਜ ਵਾਹਿਗੁਰੂ ਜੀ ਨੇ ਸਾਡੇ 'ਤੇ ਇੰਨੀ ਵੱਡੀ ਬਖਸ਼ਿਸ਼ ਕੀਤੀ, ਗੁਰੂ ਪਾਤਸ਼ਾਹ ਸ਼ੁਕਰ ਹੈ ਤੁਹਾਡਾ, ਸ਼ੁਕਰ ਹੈ ਵਾਹਿਗੁਰੂ ਜੀ। ਕਹਿੰਦੇ ਬਹੁਤ ਪਿਆਰ ਕਰਦੇ ਆ ਗੁਰੂ ਪਾਤਸ਼ਾਹ, ਬਹੁਤ ਜ਼ਿਆਦਾ ਮੰਮਾ ਪਿਆਰ ਕਰਦੇ, ਇੰਨਾ ਪਿਆਰ ਕਰਦੇ ਆ, ਹਰ ਗੱਲ ਕਹਿੰਦੇ ਮੇਰੇ ਨਾਲ ਕਰਦੇ ਆ, ਮੈਂ ਉਹਨਾਂ ਨਾਲ ਹਰ ਗੱਲ ਸਾਂਝੀ ਕਰਦਾ ਗੁਰੂ ਪਾਤਸ਼ਾਹ ਨਾਲ। ਅਤੇ ਵਾਹਿਗੁਰੂ ਮੈਂ ਤਾਂ ਉਹਨੂੰ ਜਾਣਿਆ ਹੀ ਨਹੀਂ, ਮੈਨੂੰ ਨਾ ਆਲਮੋਸਟ ਹਫ਼ਤਾ ਹੀ ਹੋ ਗਿਆ, ਅਤੇ ਜਿੱਦਾਂ ਕਿ ਮੈਨੂੰ ਕਹਿੰਦਾ ਮੰਮਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਕੋਈ ਗੱਲ ਕਰਨੀ ਵਾਹਿਗੁਰੂ, ਮੈਂ ਜਿੱਦਾਂ ਥੋੜ੍ਹਾ ਆਪਾਂ ਬੇਜੀ, ਮੈਂ ਬਸ ਸਵੇਰੇ ਜਾ ਕੇ ਉਹਨੂੰ ਡਰੋਪ ਕਰ ਦੇਣਾ ਗੱਡੀ 'ਤੇ ਜਾ ਕੇ, ਛੱਡ ਆਉਣਾ ਅਤੇ ਲੈ ਆਉਣਾ, ਬਸ ਰਸਤੇ ਦੇ ਵਿੱਚ ਇੱਦਾਂ ਦਾ ਕੋਈ ਚੱਕਰ ਬਣਨਾ ਕਿ ਕੁਛ ਕੁਛ ਜਿੱਦਾਂ ਗੱਡੀ 'ਚ ਸਿਮਰਨ ਚੱਲਦਾ ਅਤੇ ਸਿਮਰਨ ਕਰਦੇ ਆਉਣਾ, ਅਤੇ ਉਹ ਐਂ ਹੋਣਾ ਵੀ ਸ਼ਾਇਦ ਉੱਦਾਂ ਹੀ ਗੱਲਾਂ ਕਰਦਾ ਵਾ। ਅਤੇ ਕੱਲ੍ਹ ਫਿਰ ਰਾਤ ਅਸੀਂ ਬੈਠੇ ਜਦੋਂ ਖਾਣਾ ਖਾਣ ਵਾਸਤੇ, ਫਿਰ ਉਹਨੇ ਸਾਨੂੰ ਦੱਸਿਆ ਵਾਹਿਗੁਰੂ ਜੀ ਜੋ ਉੱਥੇ ਪ੍ਰਸ਼ਾਦਾ ਛਕਣਾ ਸੀਗਾ, ਕਹਿੰਦਾ ਅਤੇ ਇੱਕ ਵਾਹਿਗੁਰੂ ਜੀ ਉਹ ਸਾਨੂੰ ਇੱਦਾਂ ਦੱਸਦਾ ਹੁੰਦਾ ਜਦੋਂ ਨਾ ਕੋਈ ਗੱਲ ਹੋਵੇ, ਕਹਿੰਦਾ ਜਿਹੜੀ ਆਹ ਅੱਜ ਹੋਈ ਹੈ ਨਾ ਤਾਂ ਮੈਨੂੰ ਵਾਹਿਗੁਰੂ ਜੀ ਨੇ ਇੱਕ ਮਹੀਨਾ ਪਹਿਲਾਂ ਦੱਸਤਾ ਸੀ ਇੱਦਾਂ ਹੋਣਾ, ਅਤੇ ਇੱਦਾਂ ਹਰ ਗੱਲ ਵਾਹਿਗੁਰੂ ਜੀ ਉਹਨੂੰ ਪਹਿਲਾਂ ਹੀ ਪਤਾ ਨਹੀਂ, ਗੁਰੂ ਪਾਤਸ਼ਾਹ ਕਿੱਦਾਂ ਸਮਝਾ ਦਿੰਦੇ ਆ। ਉਹ ਕਹਿੰਦਾ ਮੈਂ ਦੇਖ ਲਿਆ ਸੀ ਤੁਸੀਂ ਆਹੀ ਕੱਪੜੇ ਪਾਏ ਹੋਣਗੇ, ਇੱਦਾਂ ਇੱਦਾਂ ਹੋਵੇ ਤਾਂ ਬਹੁਤ ਚਿਰ ਪਹਿਲਾਂ ਹੀ ਮੈਂ ਦੇਖ ਲਿਆ ਸੀਗਾ, ਅਤੇ ਮੈਨੂੰ ਬਾਬਾ ਜੀ ਨੇ ਦੱਸਤਾ ਸੀਗਾ। ਅਤੇ ਇੱਦਾਂ ਵੀ ਵਾਹਿਗੁਰੂ ਜੀ ਹਮੇਸ਼ਾ ਕਹਿੰਦਾ ਸਾਨੂੰ ਜਦੋਂ ਕੋਈ ਗੱਲ ਹੁੰਦੀ ਆ, ਅਤੇ ਵਾਹਿਗੁਰੂ ਜੀ ਗੁਰੂ ਸਾਹਿਬ ਕਿਰਪਾ ਕਰਨ, ਬਸ ਸਦੀਵ ਹੀ ਬਣਾ ਕੇ ਰੱਖਣ ਬਖਸ਼ਿਸ਼। ਅਤੇ ਵਾਹਿਗੁਰੂ ਜੀ ਮੈਂ ਕੋਸ਼ਿਸ਼ ਕਰੂੰਗੀ ਕਿ ਬੱਚੇ ਨੂੰ ਮੈਂ ਹਰਪ੍ਰੀਤ ਵੀਰ ਜੀ ਦੇ ਨਾਲ ਗੱਲ ਕਰਾਵਾਂ ਕਿ ਉਹ ਸਾਰੀ ਪੁੱਛਣ, ਅਤੇ ਸੰਗਤ 'ਚ ਤਾਂ ਥੋੜ੍ਹਾ ਸ਼ਾਏ ਆ ਘੱਟ ਆਉਣਾ, ਅਤੇ ਮੈਂ ਵੀਰ ਜੀ ਨਾਲ ਕੋਸ਼ਿਸ਼ ਕਰੂੰਗੀ ਕਿ ਉਹਨੂੰ ਲੈ ਕੇ ਆਵਾਂ ਉੱਥੇ ਆਪਣੇ ਵੀਰ ਜੀ ਦੇ ਨਾਲ, ਅਤੇ ਉਹਨੂੰ ਬਾਕੀ ਸਾਰੀਆਂ ਗੱਲਾਂ ਪੁੱਛਣ, ਕਿਉਂਕਿ ਵਾਹਿਗੁਰੂ ਜੀ ਮੈਨੂੰ ਤਾਂ ਉਦੋਂ ਵਿਰਾਗ ਹੀ ਆ ਜਾਂਦਾ ਜਦੋਂ ਮੈਂ ਗੱਲਾਂ ਪੁੱਛਦੀ ਹਾਂ, ਮੈਨੂੰ ਐਂ ਲੱਗਦਾ ਕਿ ਵਾਹਿਗੁਰੂ ਤੇਰੀ ਐਡੀ ਵੱਡੀ ਬਖਸ਼ਿਸ਼, ਸਾਡੇ ਸੋਚਿਆ ਵੀ ਨਹੀਂ ਸੀ ਵਾਹਿਗੁਰੂ ਕਦੇ, ਅੱਜ ਪਤਾ ਲੱਗਿਆ ਮੇਰਾ ਸਤਿਗੁਰੂ ਨੂੰ ਅੱਜ ਫਰੈਂਡ ਕਿਉਂ ਨਹੀਂ ਬਣਾਉਣ ਦਿੰਦੇ ਸੀ, ਕਹਿੰਦਾ ਕੋਈ ਫਰੈਂਡ ਕਿਉਂ ਨਹੀਂ ਬਣਦਾ, ਕਿਉਂ ਕਹਿੰਦਾ ਅਸਲੀ ਫਰੈਂਡ ਤਾਂ ਉਹਦੇ ਨਾਲ ਹੀ ਰਹਿੰਦਾ ਸੀ ਹਮੇਸ਼ਾ, ਉਹ ਸਾਨੂੰ ਨਹੀਂ ਸੀ ਦਿਸਦਾ ਹੁੰਦਾ, ਉਹਨੇ ਕਦੇ ਫੀਲ ਹੀ ਨਹੀਂ ਸੀ ਕੀਤਾ ਕਿ ਜਦੋਂ ਵੀ ਉਹਦਾ ਫਰੈਂਡ ਨਹੀਂ ਕੋਈ ਹੈਗਾ,
ਕਿਉਂਕਿ ਉਹਨੂੰ ਤਾਂ ਅੰਦਰੋਂ ਪਤਾ ਸੀਗਾ, ਉਹਨੂੰ ਤਾਂ ਉਸ ਚੀਜ਼ ਦਾ ਸ਼ਾਇਦ ਦਿਸਦਾ ਹੋਣਾ, ਤੇ ਸਾਨੂੰ ਇਹ ਹੁੰਦਾ ਸੀ ਵੀ ਏਦਾਂ ਇਕੱਲਾ ਰਹਿੰਦਾ ਜਾਂ ਉੱਥੇ ਜਾਂਦਾ ਕਿਸੇ ਨਾਲ ਬੋਲਦਾ ਨਹੀਂ ਹੈਗਾ। ਸ਼ੁਕਰਾਨਾ ਵਾਹਿਗੁਰੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਹੈ, ਕੁਟਾਣ ਕੁਟਾਣ ਸ਼ੁਕਰਾਨਾ। ਗੁਰੂ ਪਾਤਸ਼ਾਹ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਬੱਚੇ ਦੀਆਂ, ਇਹ ਬਖਸ਼ਿਆਂ ਸਦੀਵੀ ਰੱਖਿਓ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।